साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। हलका चित्राण दे पिंड नेटू दी सड़क पानी विच वहण कारण लोकां दा पंजाब ते नालों टुट्टिया संपर्क। पिछले कई दिनों तों रस्ता बंद होण कारण किश्ती बनी सहारा। पिंड वासी खुद बन्न बन्नण दे लई मजबूर। पिछले दिन पंजाब के कुछ हिस्सों में पई कुदरती मार के नाल हलका चित्राणा के नेड़ों लंघते घग्गर के नाल अगे दर्जन पिंडा दिया हज़ारा एकड़ फसल बर्बाद हो गई है। उत्ते ही डेरिया में रह रहे लोगों के घर पानी वड़न कारण काफ़ी नुकसान हो गया। इस नाल ही पिंडा नूं जाण वाली लिंक सड़कों के पानी में रुट जाण कारण कुछ पिंडा का पंजाब के नालों संपर्क टुट जाण कारण लोगों नूं हुण पंजाब की थां ते हरियाणा का सहारा लेना पै रहा। इस तरह की तस्वीर देखने को मिली है घग्गर के किनारे से वसे हरियाणा की हद नाल लगते पंजाब के आखिरी पिंड अरनैटू के लोगों की, जिन्हां ने पिंड नूं जोड़न वाली लिंक सड़क का कुछ हिस्सा घग्गर दरिया में पाड़ पैण कारण सारी सड़क और सड़क के हेठां बने सैफनां नूं पानी ने तहस नहस कर दिता है। पिंड के लोगों का पंजाब के नालों संपर्क टुट जाण कारण हुण लोगों नूं पंजाब आउण लई 25 किलोमीटर वाधू रस्ता तय करना पै रहा है जां फिर किसी का सहारा लैण लई मजबूर ने। ਦਲਵੀਰ ਰਾਮ ਜੀ ਤੁਹਾਡਾ ਕਿਹੜਾ ਜੀ? ਅਰਨੇਟੂ ਹੈ ਜੀ। ਇਹ ਸਾਜੀ ਸਾਰੀ ਰਾਤ ਲੋਕ ਸੁੱਤੇ ਰਹੇ ਇਦਾਂ ਹੀ। ਪਤਾ ਸੀਗਾ ਵੀ ਕਿ ਪਿੱਛੋਂ ਪਾਣੀ ਬਹੁਤ ਜ਼ਿਆਦਾ ਆਇਆ ਜੀ। ਇੱਕੋ ਦਮ ਸਵੇਰੇ ਪਿੰਡ ਨੂੰ ਘੇਰਾ ਪਿਆ ਜੀ। ਸਵੇਰੇ ਸਵੇਰੇ ਹੀ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਕੀ ਹੋਣਾ ਕੀ ਨਹੀਂ ਹੋਣਾ ਜੀ। ਪਾਣੀ ਓਵਰਫਲੋ ਆਇਆ, ਇੱਕੋ ਦਮ ਪਾਣੀ ਆਇਆ। ਆਹ ਸੜਕ 8-8 ਫੁੱਟ ਉੱਚੀ ਸੀਗੀ। ਆਹ ਪੁੱਟ ਕੇ ਸੜਕ ਦੇ ਥੱਲੇ ਦੇਖ ਲਓ ਜੀ ਕਿੱਥੇ ਤੱਕ ਜ਼ਮੀਨ ਲੰਘਾ ਦਿੱਤੀ ਹੈ। ਆਹ ਸਾਡਾ ਬੰਨ ਵੀ ਰੁੜ ਗਿਆ ਜੀ ਪੂਰਾ। ਇੱਥੇ ਤਕਰੀਬਨ 25-30 ਫੁੱਟ ਡੂੰਘਾ ਟੋਆ ਪੈ ਚੁੱਕਿਆ ਜੀ। ਸਰਕਾਰ ਤੋਂ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਸਾਡਾ ਹੱਲ ਹੋਣਾ ਚਾਹੀਦਾ ਹੈ। ਜਿਹੜਾ ਰਾਹ ਇਹ ਚਾਲੂ ਹੋਣਾ ਚਾਹੀਦਾ ਹੈ। 5-7 ਸ਼ਹਿਰਾਂ ਦਾ ਸਾਡਾ ਸੰਪਰਕ ਟੁੱਟ ਚੁੱਕਿਆ ਜੀ। ਅਧਿਕਾਰੀ ਆ ਰਹੇ ਨੇ, ਆ ਕੇ ਚਲੇ ਜਾਂਦੇ ਨੇ ਜੀ। ਕੁਛ ਕਹਿ ਜਾਂਦੇ ਨੇ, ਕਹਿ ਰਹੇ ਨੇ ਕਰ ਦਾਂਗੇ, ਹੋ ਨਹੀਂ ਰਿਹਾ ਜੀ ਅਜੇ ਤੱਕ। ਬਿਲਕੁਲ ਬੰਦ ਹੈ ਜੀ। ਆ ਨਰੇਗਾ ਵਾਲੇ ਲੱਗੇ ਸੀ, ਇਹ ਕੱਲ੍ਹ ਦਾ ਪਾਣੀ ਥੋੜ੍ਹਾ ਜਿਹਾ ਥੱਲੇ ਹੋਇਆ, ਥੋੜ੍ਹਾ ਜਿਹਾ ਸਾਨੂੰ ਸਾਹ ਆਇਆ ਜੀ। ਹੁਣ ਰਸਤਾ ਬਣਾ ਰਹੇ ਹੋ? ਰਸਤਾ ਬਣਾ ਰਹੇ ਜੀ, ਆ ਨਰੇਗਾ ਲੱਗਾ ਜੀ ਸਾਰਾ। ਕਿਸ਼ਤੀ ਚੱਲਦੀ ਹੈ ਜੀ ਇੱਥੇ, ਘੱਟੋ ਘੱਟ 20-25 ਫੁੱਟ ਡੂੰਘਾ ਟੋਆ ਹੈ ਜੀ। ਕਿਸ਼ਤੀ ਚੱਲਦੀ, ਧੀਆਂ ਭੈਣਾਂ ਲੰਘਦੀਆਂ ਨੇ ਜੀ। ਸਕੂਲ ਬੰਦ ਨੇ? ਸਕੂਲ ਕੋਈ ਬੰਦ ਨੇ, ਸਕੂਲ ਬੱਚੇ ਸਾਡੇ ਬਿਲਕੁਲ ਬੇਕਾਰ ਹੋ ਰਹੇ ਨੇ। ਜਿਹੜੇ ਬਾਦਸ਼ਾਹਪੁਰ ਪਾਤੜਾ ਕਾਲਜ ਪੜ੍ਹਨ ਵਾਲੇ, ਸਮਾਨ ਲੈ ਕੇ ਕਿੱਥੇ ਜਾਂਦੇ? ਸਮਾਨ ਲੈਣ ਸਮਾਨ ਲੈਣ ਚੋਂ ਲੈ ਰਹੇ ਹਾਂ ਜੀ। ਪੰਜਾਬ ਨੂੰ ਜਾ ਰਹੇ ਸਾਡੇ ਹੈ ਲੈਣ ਦੇਣ ਸਾਰਾ ਪੰਜਾਬ 'ਚ ਜੀ। ਜੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਮੰਗ ਕਰਦੇ ਸਭ ਜਲਦੀ ਜਲਦੀ ਸਾਡਾ ਹੱਲ ਹੋਣਾ ਚਾਹੀਦਾ। ਤੁਹਾਡੀ ਸੁਣਵਾਈ ਹੈ ਪੂਰੀ? ਸੁਣਵਾਈ ਹੋ ਰਹੀ ਹੈ ਪਰ ਕਹਿਣ ਦਾ ਮਤਲਬ ਜੀ ਕੰਮ ਹੋ ਨਹੀਂ ਰਿਹਾ। ਜੇ ਅਸੀਂ ਅਰਨੇਟੂ ਪਿੰਡ ਘੱਗਰ ਦੇ ਪੁਲ 'ਤੇ ਜਿਹੜਾ ਖੜੇ ਹਾਂ ਅਤੇ ਆ ਕੇ ਜਿਹੜਾ ਦੇਖਿਆ ਵੀ ਇੱਥੇ ਤਾਂ ਬਹੁਤ ਸਥਿਤੀ ਜਿਹੜੀ ਬਹੁਤ ਮਾੜੀ ਹੈ, ਰੌਂਗਟੇ ਖੜੇ ਕਰਨ ਵਾਲੀ ਹੈ। ਵੀ ਜਿਹੜਾ 8-8 ਉੱਚਾ, ਜਿਹੜਾ 8-8 ਫੁੱਟ ਉੱਚਾ ਪੁਲ ਸੀ, ਮਿੱਟੀ ਸੀਗੀ, ਇਹ ਸਾਰਾ ਹੀ ਜਿਹੜਾ ਇੱਕ ਨਵਾਂ ਘੱਗਰ ਜਿਹੜਾ ਇੱਧਰ ਤਿਆਰ ਹੋ ਗਿਆ। ਹਾਂ, ਅਤੇ ਬੰਨ ਟੁੱਟ ਗਿਆ, ਪਾਣੀ ਇੰਨੀ ਸਪੀਡ ਦੇ ਵਿੱਚ ਆਇਆ ਕਿ ਇਹ ਸਾਰਾ ਕੁਛ ਜਿਹੜਾ ਰੇੜ ਕੇ ਲੈ ਗਿਆ ਸੜਕ। ਅਤੇ ਇਸ ਪਿੰਡ ਦਾ ਲਿੰਕ ਹੈ ਜਿਹੜਾ ਉਹ ਪੰਜਾਬ ਦੇ ਨਾਲੋਂ ਬਿਲਕੁਲ ਜਿਹੜਾ ਟੁੱਟ ਚੁੱਕਾ ਹੈ। ਅੱਜ ਬਹੁਤ ਦਿਨ ਹੋ ਗਏ ਹੜ ਆਏ ਨੂੰ, ਬਟ ਜਿਹੜੀ ਜਿਵੇਂ ਸੜਕਾਂ ਨੇ, ਜਿਹੜੀ ਲਾਈਫ ਲਾਈਨ ਹੈ, ਤਾਂ ਇੱਦਾਂ ਵੀ ਕਈ ਕਈ ਕਿਲੋਮੀਟਰ ਵੜ ਕੇ ਇਹਨਾਂ ਨੂੰ ਪੰਜਾਬ ਜਾਣਾ ਪੈਂਦਾ ਹੈ। ਇਧਰੋਂ ਬਾਦਸ਼ਾਹਪੁਰ ਜਾਂ ਇਧਰੋਂ ਆਪਣਾ ਜਿਹੜਾ ਸਮਾਧਾ ਰਲਾਉਣਾ, ਜਾਂ ਇਹ ਲੋਕ ਨੇ ਜਿਹੜੇ ਆਪਣਾ ਰਾਸ਼ਨ ਪਾਣੀ ਹੈ ਜਿਹੜਾ ਉਹ ਹਰਿਆਣੇ ਤੋਂ ਹੀ ਲੈ ਕੇ ਆ ਰਹੇ ਨੇ। ਪੰਜਾਬ ਦੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਲਿੰਕ ਹੈ ਜਿਹੜਾ ਉਹ ਬਿਲਕੁਲ ਟੁੱਟ ਚੁੱਕਾ। ਅਰ ਜੀ ਜਿਹੜਾ ਪ੍ਰਬੰਧ ਹੈ ਇਹਨਾਂ ਨੇ ਆਹ ਕਿਸ਼ਤੀ ਮੈਂ ਕੀਤਾ ਹੋਇਆ, ਕਿਸ਼ਤੀ ਦੇਖੋ ਤੁਹਾਡੇ ਸਾਹਮਣੇ ਹੈ ਵੀ ਇਹਦੇ 'ਤੇ ਆਉਂਦੇ ਜਾਂਦੇ। ਅੱਜ ਥੋੜ੍ਹਾ ਜਿਹਾ ਪਾਣੀ ਲੱਥਾ ਹੋਇਆ, ਨਹੀਂ ਤਾਂ ਇਹ ਕਿਸ਼ਤੀ ਉੱਥੇ ਤੱਕ ਜਾਂਦੀ ਹੈ ਅਤੇ ਬਹੁਤ ਰਿਸਕੀ ਹੈ। ਅਤੇ ਕਈ ਵਾਰੀ ਇਹ ਇਹਨਾਂ ਨੇ ਦੱਸਿਆ ਵੀ ਕਿਸ਼ਤੀ ਹੈ ਜਿਹੜੀ ਕਈ ਵਾਰੀ ਉਲਟ ਵੀ ਚੁੱਕੀ ਹੈ। ਇਹ ਤਾਂ ਕਾਫੀ ਦੇਰ ਦਾ ਸਾਡੇ ਧਿਆਨ 'ਚ ਹੈਗਾ, ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ, PWD ਹੈ, ਮੰਡੀ ਬੋਰਡ ਹੈ, ਜਿਹੜੇ ਵੀ ਕੰਸਟਰਕਸ਼ਨ ਵਰਕਸ ਲੱਗੇ ਹੋਏ ਆ, ਇਹਨਾਂ ਨੂੰ ਅਸੀਂ ਦੱਸਤਾ ਹੋਇਆ ਨਾ ਕੋਈ ਥੋੜ੍ਹਾ ਜਿਹਾ ਸਟੂਡੀਓ ਇਨਫੈਕਟ ਉਹਨਾਂ ਦੀ ਬੈਠੀ ਨੇ ਕੋਈ ਜਦੋਂ ਟੁੱਟਿਆ ਸੀ ਉਦੋਂ ਵੀ ਇਨਫੈਕਟ ਉਦੋਂ ਹੀ ਅਸੀਂ ਮੈਸੇਜਸ ਲਗਾ ਦਿੱਤੇ ਸੀ ਵੀ ਇਹਨੂੰ ਰਿਪੇਅਰ ਕੀਤਾ ਜਾਏਗਾ। ਹਜੇ ਇਹਨਾਂ ਦੀ ਟੀਮ ਜਿਹੜੀ ਹੈਗੀ ਉਹ ਕਾਫੀ ਬਿਜ਼ੀ ਸੀਗੀ ਕਨੈਕਟੀਵਿਟੀ ਕਰਨ ਦੇ ਵਿੱਚ, ਜਿਵੇਂ ਕਿ ਰਾਮਪੁਰ ਪਰਤਾ ਦੀ ਕਨੈਕਟੀਵਿਟੀ ਸੀਗੀ, ਸਾਗਰਾ ਟੂ ਸ਼ਤਰਾਣਾ ਦੀ ਕਨੈਕਟੀਵਿਟੀ ਸੀਗੀ। ਹੁਣ ਨੈਟਿੰਗ ਵੱਲ ਫੋਕਸ ਕੀਤਾ ਮੈਨੂੰ ਅੱਛੀ ਉੱਥੇ, ਅਸੀਂ ਵੀ ਆਰ ਟਰਾਈਂਗ ਟੂ ਅਰੇਂਜ ਮੈਕਸੀਮਮ ਜਿਹੜੇ ਹੈਗੇ ਸੈਂਡ ਬੈਗਸ ਅਤੇ ਸੈਂਡ ਦਾ ਹੈਗਾ ਉਹ DDPO ਸਾਹਿਬ ਨੂੰ ਮੈਂ ਕਹਿ ਤਾ ਉਹ ਕਰਨਗੇ ਅਰੇਂਜ, ਅਤੇ ਇਹਦਾ ਕੰਸਟਰਕਸ਼ਨ ਵਰਕ ਬਹੁਤ ਜਲਦੀ।